अस्सलाम वालेकुम नाज़रीन, मैं सजाद चनी साडे नाल अज साडे वीर पाकिस्तान दे उभरते हुए बीगोइस्ट यानी मैं पहली बार जिंदगी जिहड़ा बीगो दा नाम सुनिया सी ना, ओह इहनां दे मूंह सुनिया सी उपर बैठे जदों शो कीता सी, क्योंकि असीं इस टाइम हैगे लॉर्ड ऑफ फूड दे विच, जिहड़ा एक रेस्टोरेंट आ बड़ा प्यारा माहौल बहुत खूबसूरत, उहनूं की कहिंदे ने रिक्वायरमेंट की कहिंदे ने रिक्वायरमेंट अच्छा जी ओ नाज़रीन जोशी यार सही ना अपने दसो अज पूरे नहीं नहीं इतने दस तेरे पिछली बार भी आदत सी तेन हूं अपना नाम दस दे बस तू काशिफ पूरा नाम काशिफ मोहम्मद काशिफ वालद साहब कोई नहीं उनका नाम होता पूरा मैर मोहम्मद काशिफ सदीक ऐ पूरा नाम मैं का काशिफ मैं का पूरा नाम मोहम्मद काशिफ वालद साहब वाला माशाल्लाह पायना ताड़ा पूरा नाम ताड़े माइक लगा मलिक आमिर अब्बास अब्दुल रशीद मेरे वाला सब का नाम है CSS BALLB और UK में से बताता हूँ मैं यूसुफ कॉलोनी नॉट यूनाइटेड किंगडम अल्लाह जनता कर दे इतने रहने ਗੱਜੂ ਮੋਤੇ ਰੋਏ ਦੇ ਨਾਲ ਕਲੋਨੀ ਯੂਸੇ ਐਡਾ ਲੰਮਾ ਜਿਹੜਾ ਮੈਂ ਦੱਸਿਆ ਇਹਦਾ ਨਾਜ਼ਰੀਨ ਤੁਹਾਨੂੰ ਦੁੱਖ ਬਹੁਤ ਵੱਡਾ ਵਾ ਇਹ ਪੂਰਾ ਇੱਕ 8-10-15 ਮਿੰਟ ਦਾ ਟਾਈਮ ਚਾਹੀਦਾ ਇਹਦੇ ਇਕੱਲੇ ਦਾ ਦੁੱਖ ਦੱਸਣ ਲਈ ਹਾਂਜੀ ਤੇ ਆਪਣਾ ਪੂਰਾ ਨਾਮ ਦੱਸ ਮੇਰਾ ਨਾਮ ਮੁਹੰਮਦ ਇਸਮਾਇਲ ਰਫੀਕ ਮੁਹੰਮਦ ਇਸਮਾਇਲ ਰਫੀਕ ਰਫੀਕ ਸਾਹਿਬ ਤੁਹਾਡੇ ਵਾਲ ਸਾਹਿਬ ਹਾਂਜੀ ਇਸਮਾਇਲ ਤੋਂ ਐਡਾ ਰਲਦਾ ਹੀ ਨਹੀਂ ਇਸਮਾਇਲ ਕਿੱਥੇ ਰਫੀਕ ਕਿੱਥੇ ਨਹੀਂ ਉਹ ਚੇਂਜ ਨਹੀਂ ਹੁੰਦਾ ਨਹੀਂ ਤਾਂ ਮੈਂ ਚੇਂਜ ਕਰਾ ਲੈਣਾ ਮੇਰਾ ਨਾਮ ਸਜਾਦ ਸਲੀਮ ਸਜਾਦ ਸਲੀਮ ਮਿਲਦੇ ਨੇ ਇਸਮਾਇਲ ਰਫੀਕ ਕਾਫੀਰ ਰਦੀਫ ਹੀ ਨਹੀਂ ਰਲਦਾ ਮਰੇ ਤੇਰਾ ਸ਼ਾਇਰ ਅੱਬੇ ਨਾ ਤੇ ਰਲਣਾ ਮਣਾ ਆਹੋ ਇਹ ਗੱਲ ਸਹੀ ਲੋ ਜੀ ਨਾਜ਼ਰੀਨ ਇਹ ਤੁਸੀਂ ਪਛਾਣੋ ਭਲਾ ਕੌਣ ਆ ਕਿਉਂਕਿ ਇਹ ਮਸ਼ਹੂਰ ਨੇ ਸਬਜ਼ੀ ਵਾਲੇ ਦੇ ਨਾਮ ਤੋਂ ਸਬਜ਼ੀ ਵਾਲੇ ਬੀਗੋ ਇੱਕ ਐਪ ਹੈ ਉਹਦੇ ਤੇ ਮਾਸ਼ਾਅੱਲਾ ਬੜਾ ਇਹਨਾਂ ਦਾ ਨਾਮ ਆ ਇਹਨਾਂ 'ਚ ਇਹ ਤੁਸੀਂ ਪਛਾਣ ਲਓਗੇ ਜਿਹੜਾ ਇਹਨਾਂ ਇੱਕ ਮੂੰਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਉਹ ਇਹਨਾਂ ਪੱਟੀਆਂ ਦੇ ਪਿੱਛੇ ਹੈ ਤੇ ਨਾਲ ਮੇਰੇ ਮਿੱਠਾਪੁਰੀ ਆ ਅਸਲਾਮ ਅਲੈਕੁਮ ਬਾਦ ਆ ਰਹੇ ਬਾਦ ਬੋਲੋਗੇ ਹਾਂਜੀ ਹਾਂਜੀ ਬੋਲ ਲੈਨੇ ਜੀ ਇਹ ਪੱਟੀ ਦੇ ਵਿੱਚੋਂ ਫਿਲਟਰ ਹੋ ਕੇ ਆਵਾਜ਼ ਆ ਰਹੀ ਅਸਲਾਮ ਅਲੈਕੁਮ ਜੀ ਵਾਲ ਸਲਾਮ ਯਾਰ ਕੀ ਹੋਇਆ ਇਹਨੂੰ ਇਹ ਬੜੀ ਦੁੱਖ ਭਰੀ ਕਹਾਣੀ ਹੈ ਕੀ ਨਹੀਂ ਇੰਨੀਆਂ ਸੱਟਾਂ ਕਿਦਾਂ ਮੂੰਹ ਤੇ ਮਤਲਬ ਔਰ ਪੈਰ ਵੀ ਉਹ ਦੇਖੋ ਉਹਰਾ ਦੋਵੇਂ ਹੱਥ ਇਹ ਜਿਹੜਾ ਦੁਨੀਆ ਦਾ ਸਭ ਤੋਂ ਗਿਰਿਆ ਹੋਇਆ ਇਨਸਾਨ ਹੈ ਨਾ ਇਹੋ ਇਹ ਬਾਰ ਬਾਰ ਗਿਰਦਾ ਅਤੇ ਅਸਲ ਮੈਂ ਤੁਹਾਨੂੰ ਦੱਸਣਾ ਟਿਕਟੋਕ ਬੈਨ ਹੋਈ ਹੈ ਨਾ ਉਹਦਾ ਇਹਨਾਂ ਨੂੰ ਸਦਮਾ ਬਰਦਾਸ਼ਤ ਨਹੀਂ ਹੋਇਆ 10ਵੀਂ ਮੰਜ਼ਿਲ ਤੇ ਗਿਆ ਉੱਤੇ ਜਾ ਕੇ ਵਾਪਸ ਥੱਲੇ ਆ ਕੇ ਸੀੜੀ ਤੋਂ ਉਹਨੇ ਛਾਲ ਮਾਰ ਤੇ ਅਸੀਂ ਥੱਲੇ ਆ ਕੇ ਉਹਨੂੰ ਪੁੱਛਿਆ ਕੀ ਹੋਇਆ ਕਹਿੰਦਾ ਮੈਂ ਵੀ ਹੁਣੇ ਹੀ ਆਇਆ ਮੈਂ ਕਹਿੰਦਾ 10ਵੀਂ ਮੰਜ਼ਿਲ ਤੇ ਗਿਆ ਉੱਥੋਂ ਇਹਨੇ ਥੱਲੇ ਵੇਖਿਆ ਤੇ ਵਾਪਸ ਆਇਆ ਤੇ ਜਿਹੜੀ ਪਹਿਲੀ ਮੰਜ਼ਿਲ ਦੀ ਪਹਿਲੀ ਪੌੜੀ ਸੀ ਨਾ ਉੱਥੋਂ ਇਹਨੇ ਥੱਲੇ ਛਾਲ ਮਾਰ ਛਾਲ ਮਾਰ ਜਦੋਂ ਇੰਨੀਆਂ ਸੱਟਾਂ ਲੱਗੀਆਂ ਨਾ ਤਾਂ ਚੁੱਪ ਕਰਕੇ ਪਰਦਾ ਕਰ ਜਾਈਦਾ ਹੁੰਦਾ ਵਾ ਓਏ ਮਰੇ ਹੋਰ ਕਿੰਨਾ ਕੁ ਪਰਦਾ ਕਰੇ ਉਹ ਪਤਾ ਕੀ ਉਹ ਤੇਰੇ ਸੀਨੀਅਰ ਨੇ ਤੂੰ ਬੀਗੋ ਤੇ ਬਹਿ ਰਿਹਾ ਨਾ ਉਹ ਤੇਰੇ ਸੀਨੀਅਰ ਨੇ ਅੱਛਾ ਇੱਥੇ ਵੈਸੇ ਹੋਇਆ ਕੀ ਉਹਨਾਂ ਕੋਲ ਮਾਈਕ ਨਹੀਂ ਹੈਗਾ ਹੋਇਆ ਕੀ ਆ ਨਹੀਂ ਫਿਰ ਵੀ ਐਦਾਂ ਪੁੱਛੀਦਾ ਕੀ ਹੋਇਆ ਫਿਰ ਵੀ ਜਾਨ ਕੱਢ ਲਈ ਮੇਰੀ ਇੱਧਰ ਵੀ ਆ ਲੋ ਜੀ ਨਾਜ਼ਰੀਨ ਦਾ ਨਾਂ ਗਫਾਰਾ ਗਫਾਰੇ ਤੇਰਾ ਪੂਰਾ ਸਹੀ ਨਾਂ ਕੀ ਹੈ ਮੈਨੂੰ ਮਿਲੀ ਲਾ ਦੁਬਾਰਾ ਤੇਰਾ ਨਾਂ ਹੈ ਤੇਰੇ ਅੱਬੂ ਦਾ ਕੀ ਨਾਂ ਵਾ ਮੁਹੰਮਦ ਬਿਲਾਲ ਮੇਰਾ ਨਾਂ ਪੁੱਛਿਆ ਮੈਨੂੰ ਦੱਸਿਆ ਕਿ ਤੂੰ ਮਤਲਬ ਤੈਨੂੰ ਪਾਣੀ ਲੈ ਕੇ ਤੂੰ ਆਉਂਦਾ ਹੋਵੇ ਗਲਾਸ ਆ ਥੋੜਾ ਡਿੱਗ ਪੈਂਦਾ ਚਾਹ ਪੀਂਦਾ ਹੋਵੇ ਕੱਪ ਸਿੱਟ ਲੈਣਾ ਤੁਰਿਆ ਜਾਂਦਾ ਹੋਵੇ ਠੇਡਾ ਲਵਾ ਲੈਣਾ ਮਤਲਬ ਤੂੰ ਉਸ ਜਗ੍ਹਾ 'ਤੇ ਵੀ ਠੇਡਾ ਲਵਾ ਲੈਣਾ ਜਿੱਥੇ ਕੁਛ ਵੀ ਨਹੀਂ ਪਿਆ ਹੁੰਦਾ ਅੱਗੇ ਆਪਣੇ ਪੈਰ ਨਾਲ ਅੜ ਕੇ ਤੂੰ ਡਿੱਗ ਪੈਂਦਾ ਤੈਨੂੰ ਕੀ ਮਸਲਾ ਕੀ ਆ ਇਹਨਾਂ ਕਿਉਂ ਡਿੱਗਦਾ ਤੂੰ ਇੱਕ ਦਿਨ ਇਹਨੂੰ ਮੈਂ ਕਿਹਾ ਰੋਟੀ ਲੈ ਕੇ ਆ ਤੇ ਪੁਲਿਸ ਵਾਲੇ ਲੈ ਕਿਉਂ ਉਹੀ ਤਾਸ਼ ਖੇਡਦੇ ਪਏ ਸੀ ਨਾ ਅੱਛਾ ਯਾਰ ਮੇਰੀ ਗੱਲ ਸੁਣ ਹਾਂਜੀ ਹੁਣ ਤੈਨੂੰ ਕਿੰਨੀਆਂ ਕੁ ਸੱਟਾਂ ਲੱਗੀਆਂ ਨੇ ਇੱਥੇ ਵੀ ਕੁਛ ਹੈਗਾ ਲੈ ਗਿਆ ਜ਼ਾਲਮਾ ਓਏ ਇੱਥੇ ਤਾਂ ਕੁਛ ਵੀ ਨਹੀਂ ਕੱਲੀ ਪੱਟੀ ਆ ਉਹ ਨਲਾਇਕ ਖੁਸਰੇ ਕੀ ਗੱਲ ਆ
ਤੇਰੇ ਵਰਗੇ ਚਰਬੁਰਜੀ ਚੌਂਕ ਤੇ ਨੱਚਦੇ ਹੁੰਦੇ ਨੇ ਦਸਾਂ ਦਸਾਂ ਚਰਬੁਰਜੀ ਤਬੁਰਜੀ ਅੱਛਾ ਅੱਛਾ ਇਹ ਵਿੱਚ ਮਤਲਬ ਓਏ ਮਰੇ ਅੱਛਾ ਉਧਰ ਵੇਖ ਕੈਮਰੇ ਵਾਲੇ ਵੇਖ ਇਹ ਵਿੱਚ ਇਹ ਕੀ ਸਰਾਕਾਂ ਦੇ ਅੱਖਾਂ ਮਤਲਬ ਵੇਖਣ ਵਾਸਤੇ ਲੀਆ ਲੜਾ ਬਣਿਆ ਚਿੜੀਆਂ ਦਾ ਇਧਰੋਂ ਵੜਦੀਆਂ ਖੋਲ ਕੇ ਵਹਾ ਦਿੰਦਾ ਜਿੰਦਾ ਛਾਨਣੀ ਤਰ੍ਹਾਂ ਜਿਸਮ ਨਾ ਨਾ ਹੋਵੇ ਸੱਟਾਂ ਦੇ ਨਾਲ ਫਿਰ ਕਹਿਣਾ ਇਹ ਪਹਿਲੀ ਵਾਰ ਮੇਰਾ ਤੇ ਕੋਈ ਨੁਕਸਾਨ ਨੀ ਹੋਇਆ ਸਗੋਂ ਮੇਰਾ ਫਾਇਦਾ ਹੀ ਰਿਹਾ ਕਿੱਦਾਂ ਸਕੂਨ ਰਿਹਾ ਜਾ ਕੇ ਸਕੂਨ ਨਾਲ ਲਾਈਵ ਕਰੀ ਦੀ ਬੈਠੇ ਰਹੀ ਤੇ ਆਏ ਦਿਨ ਚੱਲ ਵੀ ਇਧਰ ਵੀਡੀਓ ਬਣਾਈਏ ਚੱਲ ਵੀ ਇਧਰ ਵੀਡੀਓ ਬਣਾਈਏ ਤੁਸੀਂ ਟਿਕਟੋਕ ਤੇ ਨਹੀਂ ਸੀ ਬਣਾਉਂਦੇ ਨਹੀਂ ਟਿਕਟੋਕ ਤੇ ਕੋਈ ਕਮਾਈ ਵੀ ਹੁੰਦੀ ਸੀ ਕਿ ਨਹੀਂ ਅੰਦਰ ਬੈਠਾ ਸੀ ਨਾ ਜਦੋਂ ਕੱਲਾ ਹੀ ਕਮਰੇ ਚ ਤੇ ਕੋਈ ਫਰਿਸ਼ਤੇ ਵੀ ਆਏ ਤੇ ਉਹ ਉਹਨਾਂ ਅੱਗੇ ਕਹਿੰਦਾ ਨਹੀਂ ਭੈਣ ਮੈਂ ਤੇ ਗੈਟਅਪ ਕੀਤਾ ਵਾ ਮੈਂ ਠੀਕ ਹਾਂ ਉਹਨਾਂ ਨੇ ਚਪੇੜਾ ਮਾਰਿਆ ਕਮਰੇ ਸਾਨੂੰ ਏਡੀ ਦੂਰ ਵੀ ਚੱਕਰ ਪਵਾਏ ਪੂਨਮ ਜਨਮ ਹੋਇਆ ਮੇਰਾ ਪੂਨਮ ਜਨਮ ਕਹਿੰਦਾ ਮੇਰਾ ਪੂਨਮ ਜਨਮ ਹੋਇਆ ਮੇਰੇ ਕੋਲ ਕਸਮ ਜਗਾ ਲਓ ਪਹਿਲੇ ਹੀ ਕੰਨ ਬੰਦ ਸੀ ਉਹਦਾ ਤੁਸੀਂ ਪੱਟੀਆਂ ਕਰਕੇ ਜ਼ਰਾ ਅੱਛਾ ਇਹਦੇ ਚ ਫਾਲਟ ਮੈਂ ਤੁਹਾਨੂੰ ਦੱਸਦਾ ਕਿੰਨੇ ਨੇ ਇਸ ਬੰਦੇ ਚ ਕੰਨ ਇਹਦਾ ਇੱਕ ਬੰਦ ਹੈ ਠੀਕ ਹੈ ਜੀ ਨੱਕ ਦੀ ਹੱਡੀ ਇਹਦੀ ਇੱਕ ਥੋੜੀ ਜਿਹੀ ਵਧੀ ਆ ਉਹਦਾ ਹਲੇ ਆਪਰੇਸ਼ਨ ਅਸੀਂ ਕਰਾਉਣਾ ਹੋਰ ਕੀ ਆ ਸੀਨੇ ਦੀ ਹੱਡੀ ਹੈ ਉਸ ਤੋਂ ਬਾਅਦ ਦੰਦ ਖਰਾਬ ਨੇ ਪੰਜਾਂ ਦੇ ਪੰਜੇ ਜਿਹੜੇ ਖਰਾਬ ਨੇ ਤੇ ਮੈਂ ਸੋਚ ਰਿਹਾ ਬਜਾਏ ਇਹਦਾ ਲਾਜ ਐਨੀ ਐਨੀਆਂ ਗੱਲਾਂ ਕਰਦੇ ਫਿਰ ਇਸ ਤੋਂ ਚੰਗਾ ਫਿਰ ਬਾਡੀ ਰਖਾ ਦਿੰਦਾ ਮੈਨੂੰ ਹਾਂਜੀ ਬਾਡੀ ਵੀ ਮੰਗਾਈ ਮਿਸਟਰ ਦੇ ਸੱਤ ਲੱਗ ਗਈ ਮੈਂ ਹੋਈ ਇਹਨੂੰ ਸੋਚਿਆ ਮੈਨੂੰ ਕਹਿੰਦਾ ਉਸਤਾਦ ਜੀ ਮੇਰਾ ਕੋਈ ਇਲਾਜ ਕਰਾ ਦਿਓ ਮੈਂ ਕੰਨ ਦਾ ਤੇ ਦੰਦ ਦਾ ਤੇ ਹੱਡੀ ਦਾ ਕਰਵਾਉਣਾ ਮੈਂ ਕਿਹਾ ਫਿਰ ਤੇਰੀ ਚੰਗੀ ਤਰ੍ਹਾਂ ਕਦੋਂ ਬਾਡੀ ਮੰਗਵਾ ਲੈਣੇ ਜਿਵੇਂ ਉਹ ਨਹੀਂ ਅਫਗਾਨਿਸਤਾਨ ਤੋਂ ਆਉਂਦੀਆਂ ਉਹ ਜਿਹੜੀ ਪੂਰੀ ਬਾਡੀ ਗੱਡੀ ਦੇ ਉੱਤੇ ਨਹੀਂ ਤੈਨੂੰ ਕੀ ਮਸਲਾ ਇੰਨੀਆਂ ਤੇਰਾ ਇਹਨਾਂ ਤੋਂ ਖਰਾਬ ਆ ਇਹਨਾਂ ਤੋਂ ਟੁੱਟਾ ਭੱਜਾ ਤੇ ਕੀ ਗੱਲ ਆ ਭਾਈ ਮੈਨੂੰ ਦੱਸੋ ਨਾ ਇਹਨਾਂ ਨੂੰ ਮਸਲੇ ਆ ਇਹ ਹੀਰੋਸ਼ੀਮਾ ਹੀ ਪੈਦਾ ਹੋਏ ਤੇ ਬੰਬ ਚੱਲੇ ਸੀ ਗੁਫਾਰਾ ਇਹ ਜੋਸ਼ੀ ਮਲਕ ਤੇ ਹਾਜੀ ਤੇ ਇੱਕ ਪੰਜਵਾਂ ਵੀ ਹੁੰਦਾ ਤੁਹਾਡਾ ਉਹ ਕਿੱਥੇ ਘਰ ਹੈ ਅੱਛਾ ਹੁਣ ਮੈਂ ਤੁਹਾਨੂੰ ਟਿਕਟੋਕ ਦੀ ਗੱਲ ਦੱਸਣਾ ਚਾਹੁੰਦਾ ਜਾਨੀ ਬਾਈ ਟਿਕਟੋਕ ਬੈਨ ਹੋਈ ਹੈ ਬੜੇ ਲੋਕਾਂ ਨੇ ਸਾਨੂੰ ਨਾ ਮਹੱਲੇ 'ਚ ਅਸੀਂ ਛੱਤ 'ਤੇ ਬੈਠੇ ਹੁੰਦੇ ਹੋਏ ਟਿਕਟੋਕ ਬੰਦ ਹੋ ਗਈ ਹੈ ਬੜੀ ਹਵਾ ਝੁੱਡੇ ਫਿਰਦੇ ਸੀ ਹੁਣ ਕੀ ਕਰੋਗੇ ਕਿੱਥੋਂ ਖਾਓਗੇ ਅਤੇ ਸਾਨੂੰ ਟਿਕਟੋਕ ਬੰਦ ਹੋਣ ਨਾਲ ਕੋਈ ਫਰਕ ਨਹੀਂ ਪਿਆ ਤੁਹਾਡਾ ਉਹ ਟਿਕਟੋਕ 'ਤੇ ਪਹਿਲੀ ਤਾਂ ਗੱਲ ਆ ਕਮਾਈ ਨਹੀਂ ਸੀ ਨਹੀਂ ਹੁੰਦੀ ਤੁਹਾਨੂੰ ਫਰਕ ਕੀ ਪੈਣਾ ਉਹ ਲੋਕਾਂ ਦੀ ਗਲਤ ਫਹਿਮੀ ਹੈ ਇਸ ਤਰ੍ਹਾਂ ਸਾਡੀ ਬੀਗੋ ਆ ਜਿਹੜੀ ਐਪ ਜਿਹੜੀ ਅਸੀਂ ਇਸਤੇਮਾਲ ਕਰਦੇ ਹਾਂ ਸਾਡੀ ਤਾਂ ਨਹੀਂ ਜਿਹਨੂੰ ਅਸੀਂ ਇਸਤੇਮਾਲ ਕਰਦੇ ਹਾਂ ਉਹ ਵੀ ਬੈਨ ਹੋਈ ਸੀ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਰੂਲ ਦੱਸੇ ਜੀ ਬੀਗੋ ਵਾਲਿਆਂ ਨੂੰ ਕਿ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਉਹਨਾਂ ਦਾ ਅੱਗੇ ਕਿ ਐਪ ਬੈਨ ਕਰਦੀਆਂ ਬੈਨ ਕਰਨ ਨਹੀਂ ਚਾਹੁੰਦੀ ਆਈਡੀ ਬੈਨ ਉਹ ਜਿਹੜੀਆਂ ਪਨਿਸ਼ਮੈਂਟਾਂ ਕਰਾਉਂਦੇ ਪਨਿਸ਼ਮੈਂਟਾਂ ਜਾਂ ਕੋਈ ਵੀ ਵਰਗਲ ਚੀਜ਼ ਹੈ ਨਾ ਉਹ ਅਲਾਓ ਨਹੀਂ ਸੀ ਹੁਣ ਟਿਕਟੋਕ ਅਨਬੈਨ ਜਦੋਂ ਹੋਏਗੀ ਇਹ ਚੀਜ਼ਾਂ ਉਹ ਦੱਸਣਗੇ ਕਿ ਉਹ ਠੀਕ ਹੈ ਜੀ ਮੈਨੂੰ ਇੱਥੇ ਦਰਦ ਹੋਣ ਦੀ ਤੁਹਾਨੂੰ ਟਿਕਟੋਕ ਦੀ ਪਈ ਕਿੱਥੇ ਦਰਦ ਹੋ ਰਿਹਾ ਇੱਥੇ ਦਰਦ ਹੋ ਰਿਹਾ ਨਹੀਂ ਤੂੰ ਇੰਨੀਆਂ ਪੱਟੀਆਂ ਕਰਾਈਆਂ ਤੇਜ਼ਾਬ ਦਾ ਡੱਬਾ ਪਾ ਲਿਆ ਮੂੰਹ ਤੇ ਉਸਤਾਦ ਜੀ ਮਾਦਰ ਮਰੇ ਤੇਰਾ ਬੋਲਣਾ ਲਾਜ਼ਮੀ ਚਾਰਾ ਸੁਬਹ ਸ਼ਕਲ ਤੋਂ ਠੱਗ ਲੱਗਣਾ ਉਹ ਤਾਂ ਐ ਜਿਵੇਂ ਸ਼ਹਿਰ ਚੋਂ ਲੈ ਜਾਂਦਾ ਮੁੰਡੇ ਬੇਟਿਆ ਕਿੱਥੇ ਐ ਲੱਗਣਾ ਵੀ ਸ਼ਹਿਰ ਚੋਂ ਲੱਗਾ ਇਹਦਾ ਥੋੜਾ ਜਿਹਾ ਖੋਲ ਦਿਓ ਮੂੰਹ ਦਾ ਮੂੰਹ ਥੋੜਾ ਜਿਹਾ ਖੋਲ ਦਿਓ ਯਾਰ ਇੱਕ ਮਿੰਟ ਹੈ ਜੇ ਪਤਾ ਕਿ ਤੁਸੀਂ ਉਹਨੂੰ ਬਹੁਤ ਜ਼ਿਆਦਾ ਨਹੀਂ ਹੁਣ ਪਤਾ ਨਹੀਂ ਕਿੱਥੇ ਕਿੱਥੇ ਸੱਟ ਲੱਗੀ ਇੱਕ ਮਿੰਟ ਹੈਰੋ ਫੜੋ ਜ਼ਰਾ ਗਫਾਰੇ ਉਹਦੇ ਅੱਗੇ ਆ ਮਜਬੂਰ ਖੁਸਰੇ ਕਰੇਲਾ ਸੇਲ ਤੇ ਲਾਇਆ ਹੁੰਦਾ ਗਫਾਰੇ ਮੇਰੀ ਗੱਲ ਗਫਾਰੇ ਗਫਾਰੇ ਇੱਜ਼ਤ ਨਾ ਗਫਾਰਾ ਜੀ ਗਫਾਰਾ
ਗਫਾਰੇ ਤੇਰੀ ਘਰ ਚ ਕੋਈ ਨਹੀਂ ਸੁਣਦਾ ਤੇ ਕੋਈ ਸੁਣੇਗਾ ਚੁੱਪ ਕਰ ਬੰਦੇ ਦਾ ਪੁੱਤਰ ਬਣ ਜਾਨੀ ਭਾਈ ਇੱਕ ਮਿੰਟ ਤੇ ਪੱਟੀ ਲਾ ਕੇ ਤਾਂ ਨਾ ਤੇ ਲਵਾਓ ਤੁਹਾਨੂੰ ਨਾ ਸ਼ਰਮ ਇੱਕ ਮਿੰਟ ਜੇ ਮੈਂ ਜਿਹੜੀ ਗੱਲ ਕਹਿ ਰਿਹਾ ਨਾ ਕਿ ਇੱਥੇ ਪੱਟੀ ਸੀ ਲੇਕਿਨ ਇੱਥੇ ਕੋਈ ਜ਼ਖਮ ਕਰ ਚੌਧਰੀ ਬਣ ਕੇ ਬੈਠਾ ਬਾਤੇ ਕਰੋੜੋ ਕੀ ਦੁਕਾਨ ਪਕੌੜੋ ਕੀ ਇਹਨੂੰ ਮਿਲੋ ਜ਼ਰਾ ਉਧਰ ਕਰੋ ਨਹੀਂ ਨਹੀਂ ਮੇਰੀ ਗੱਲ ਤੂੰ ਨਾ ਤੂੰ ਜਾਣ ਕੇ ਹੈ ਤੂੰ ਜਾਣ ਕੇ ਨਾ ਮੇਰੀ ਗੱਲ ਤੇ ਪਰਦਾ ਪਾ ਰਿਹਾ ਮੈਂ ਕਹਿ ਰਿਹਾ ਕਿ ਇੱਥੇ ਤੈਨੂੰ ਕੋਈ ਜ਼ਖਮ ਨਹੀਂ ਆ ਕਿਤੇ ਪਰਦਾ ਪਾਣਾ ਇਹ ਪਰਦੇ ਪਏ ਨਹੀਂ ਉਦੋਂ ਦੇ ਪਰਦਾ ਤੈਨੂੰ ਅੱਲਾ ਪਾਏਗਾ ਤੇਰੇ ਤੇ ਆਮੀਨ ਇਹਨੂੰ ਨਾਲ ਵੇਲਾ ਫੜਨ ਤੇ ਰੱਖਿਆ ਜੀ ਨਹੀਂ ਨਹੀਂ ਇਹ ਵੇਲਾ ਕਵੇਲਾ ਫੜਦਾ ਮੈਂ ਤੈਨੂੰ ਕਹਿ ਰਿਹਾ ਕਿ ਇੱਥੇ ਤੂੰ ਕਾਹਤੋਂ ਕੀਤੀ ਤੇਰੇ ਇੱਥੇ ਕੁਛ ਵੀ ਨਹੀਂ ਥੱਲੇ ਵੀ ਕੁਛ ਨਹੀਂ ਇਹ ਐਮਰਜੈਂਸੀ ਹੈ ਜੀ ਐਮਰਜੈਂਸੀ ਨੂਟਰ ਤੇ ਸ਼ੱਕ ਪੈ ਰਿਹਾ ਉਹ ਤੂੰ ਸਬਜ਼ੀ ਵਾਲਾ ਤੇ ਸੱਟਾਂ ਵਾਲਾ ਵਾ ਮਰੀਜ਼ ਆਦਮੀ ਨੂੰ ਸਹਾਰੇ ਤੁਸੀਂ ਤੁਹਾਨੂੰ ਅੱਲਾ ਅਜਰ ਦੇ ਗਿਆ ਇੰਨੀਆਂ ਪੱਟੀਆਂ ਕਿਉਂ ਕੀਤੀਆਂ ਇਹ ਫ੍ਰੀ ਟਾਈਮ ਬੱਤੀ ਚੌਂਕ ਮੰਗਦਾ ਯਾ ਅੱਲਾ ਸ਼ਾਮ ਜੰਗਲ ਆਰਾਮ ਨਾਲ ਗੱਲ ਕਰ ਅੱਛਾ ਯਾਰ ਮੇਰੀ ਗੱਲ ਸਭ ਤੋਂ ਪਹਿਲੇ ਪਤਾ ਕੀ ਮੇਰੀ ਗੱਲ ਸੁਣੋ ਤੁਸੀਂ ਮਾਸ਼ਾਅੱਲਾ ਤੁਹਾਨੂੰ ਅੱਲਾ ਪਾਕ ਰਿਜ਼ਕ ਵੀ ਦੇ ਰਿਹਾ ਅਲਹਮਦੁਲਿਲਾ ਠੀਕ ਹੈ ਨਾ ਇੱਕ 15-20 ਰੁਪਏ ਦੀ ਡਿੰਟ ਆਉਣਾ ਕਹਿੰਦੀ ਉਹ ਇਹਨੂੰ ਕਿਉਂ ਨਹੀਂ ਤੁਸੀਂ ਲੈ ਗਏ ਇਹਦੇ ਦੰਦਾਂ ਦੇ ਆ ਜਿਹੜਾ ਕੋੜ ਜੰਮਿਆ ਇਹਨੂੰ ਕਿਉਂ ਨਹੀਂ ਲਵਾਉਂਦੇ ਤੁਸੀਂ ਭੈਣ ਮੇਰੀ ਗੱਲ ਸੁਣੋ ਅਗਰ ਤਾਂ ਇਹਦੀ ਹੱਡੀ ਦੇ ਵਿੱਚ ਪ੍ਰੋਬਲਮ ਆ ਹੱਡੀ 'ਚ ਪ੍ਰੋਬਲਮ ਇਹਦੀ ਨਹੀਂ 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 ਹੱਡੀ ਦੇ ਅੰਦਰ ਵੀ ਕੋਈ ਚੈੱਕ ਕਰੋ ਵਿੱਚ 2 ਕਿਲੋਮੀਟਰ ਦੀ ਮੋਟਰ ਵੀ ਲੰਘਦੀ ਪਈ ਕਿਸਮਤ ਵਾਲਿਆਂ ਦੇ ਲਕੀਰਾਂ ਹੁੰਦੀਆਂ ਬੜੇ ਬੜੇ ਮਾੜਿਆਂ ਦੇ ਇਹਨਾਂ ਦੇ ਮਤਲਬ ਦਿਲ ਕਰੇ ਕਹਿੰਦੇ ਦਾਦਾ ਕਹਿੰਦੇ ਦਾਦਾ ਵਿੱਚ ਇੰਨਾ ਸਰਾਖ ਆ ਕਿਸਮਤ ਵਾਲਿਆਂ ਦੀ ਲਕੀਰ ਹੁੰਦੀ ਹੈ ਮੈਂ ਹਕੀਕਤ ਦੱਸਾਂ ਕਿਵੇਂ ਬਣੀ ਕਿਵੇਂ ਉਹ ਮੇਰਾ ਇੱਕ ਬੇਲੀ ਸੀ ਦੰਦਾਂ ਵਾਲਾ ਉਹ ਮੈਂ ਨਿੱਕਾ ਹੁੰਦਾ ਪਾਣ ਖਾਂਦਾ ਸੀ ਮੈਨੂੰ ਕਹਿੰਦਾ ਮੈਂ ਤੇਰੇ ਦੰਦ ਸਾਫ਼ ਕਰਨਾ ਉਹਨੇ ਰਗੜ ਰਗੜ ਕੇ ਵਿੱਚੋਂ ਗਲੀ ਬਣਾ ਦਿੱਤੀ ਮੈਂ ਨਾ ਬਾਹਰੋਂ ਇੱਕ ਤੈਨੂੰ ਚੀਜ਼ ਮੰਗਾ ਕੇ ਦਿਆਂਗਾ ਜੈਨੂਇਨ ਤੈਨੂੰ ਦੱਸ ਰਿਹਾ ਅੱਗੇ ਵੀ ਇੱਕ ਮੇਰਾ ਬੇਲੀ ਸੀ ਉਹਦੇ ਦੰਦਾਂ ਦੇ ਨਾ ਮਤਲਬ ਉਹਦੀ ਹੱਡੀ ਦੇ ਅੰਦਰ ਪ੍ਰੋਬਲਮ ਸੀ ਇੱਕ ਤਾਂ ਹੁੰਦਾ ਨਾ ਨਹੀਂ ਹੱਡੀ ਦੰਦ ਆ ਹੱਡੀ ਹੁੰਦੀ ਨਾ ਦੰਦ ਨੂੰ ਹੱਡੀ ਕਹਿੰਦੇ ਆ ਕਿਹਨੂੰ ਕਿਹਨੂੰ ਦੱਸੋਗੇ ਮੈਂ ਤੈਨੂੰ ਮੰਗਾ ਕੇ ਦਿਆਂਗਾ ਤੂੰ ਉਹਦਾ ਇੰਜ ਕਰਕੇ ਚੇਪੀ ਲਾਉਣੀ ਆ ਤਿੰਨ ਤੂੰ ਉਹ ਪੱਟੀਆਂ ਕਰਨੀਆਂ ਨੇ ਤੇਰੇ ਦੰਦ ਇੰਨਾ ਕੁ ਵੀ ਫਰਕ ਪੈ ਜਾਏ ਤੇ ਗੱਲ ਕਰੀ ਦੁਬਾਰੇ ਮੇਰੀ ਗੱਲ ਦੱਸ ਹੁਣ ਇਹ ਤੇਰੇ ਮੂੰਹ ਤੇ ਕੁਛ ਨੀ ਹੈਗਾ ਤੇ ਤੂੰ ਪੱਟੀ ਕਾਹਤੋਂ ਕੀਤੀ ਸੀ ਕਾਹਤ ਕੀ ਸੀ ਮੈਂ ਕਿਹਾ ਮੂੰਹ ਤੇ ਵੀ ਕਰ ਲਈ ਮੈਨੂੰ ਐਨੇ ਜੋਸ਼ੀ ਨੇ ਦੱਸਿਆ ਕਿ ਤੂੰ ਐਕਟਰ ਬਹੁਤ ਅੱਛਾ ਵਾ ਹਾਂ ਜੀ ਸ਼ੁਰੂ ਤੋਂ ਕਰ ਰਹੇ ਬਚਪਨ ਕਿਸ ਕਿਸਮ ਦੀ ਐਕਟਿੰਗ ਕਰਦਾ ਹੈ ਐਕਟਿੰਗ ਹੀ ਕਰ ਰਿਹਾ ਹੋਰੇ ਕੀ ਟਰੱਕ ਤੇ ਨਹੀਂ ਬਚਦਾ ਇਹਦੇ ਸੱਟਾਂ ਜੈਨੂਇਨ ਵੀ ਲੱਗੀਆਂ ਨੇ ਇਹਨੇ ਜਦੋਂ ਛੁੱਟੀ ਕਰਨੀ ਹੁੰਦੀ ਨਾ ਛੁੱਟੀ ਮਤਲਬ ਇਹ ਅਸਲ ਮੈਂ ਤਾਂ ਜੈਨੂਇਨ ਇਹ ਕਰਦਾ ਕਦੀ ਕਦੀ ਕਬੂਤਰ ਪਾ ਦੇ ਇਹਦੀ ਸ਼ਕਲ ਹੁਣ ਕਬੂਤਰ ਪਾ ਦੇ ਵਾਲੀ ਹੈ ਇਹ ਧੁੱਪ ਦਾ ਸਾਰਾ ਅਸਰ ਨਜ਼ਰ ਆ ਰਿਹਾ ਅੱਛਾ ਜਦੋਂ ਇਹਨੇ ਛੁੱਟੀ ਕਰਨੀ ਹੁੰਦੀ ਨਾ ਐਵੇਂ ਕਿਸੇ ਵਿੱਚ ਵੱਜੇਗਾ ਇਹਨੂੰ ਕੁਛ ਨਹੀਂ ਹੁੰਦਾ ਇਹ ਬਹੁਤ ਮਜ਼ਬੂਤ ਜੇ ਸਮੇਂ ਇਹ ਤਿੰਨਾਂ ਬਿਲਡਿੰਗਾਂ ਤੋਂ ਵੀ ਡਿੱਗੇਗਾ ਨਾ ਇਹਨੂੰ ਕੁਛ ਨਹੀਂ ਹੋਣਾ ਸ਼ਰਤ ਲਾ ਲਓ ਇਹ ਯਕੀਨ ਤਾਂ ਸੁੱਟ ਕੇ ਪਿਆ ਹਾਂਜੀ ਅੱਛਾ ਸੁੱਟ ਕੇ ਵੇਖੀਏ ਨਹੀਂ ਮਾਰ ਨਹੀਂ ਇਹ ਉਹ ਜਿਹੜੀ ਇੱਕ ਬੜੀ ਤੂੰ ਉਹ ਮੈਂ ਤਾਂ ਦੱਸਣਾ ਇੱਕ ਵਾਰੀ ਨਾ ਇਹ ਮੈਂ ਇਹਨੂੰ ਕਿਹਾ ਯਾਰ ਕਿਤੇ ਅਸੀਂ ਗਏ ਨਾ ਤੇ ਕਹਿੰਦਾ ਮੇਰੇ ਤਾਂ ਸੱਟ ਲੱਗ ਗਈ ਹੈ ਮੈਂ ਤਾਂ ਕੁਛ ਕਰ ਹੀ ਨਹੀਂ ਸਕਦਾ ਚੰਗਾ ਪਲਾਇਆ ਤੇ ਉੱਠਣ ਲੱਗਿਆ ਪਲਾਈ ਕਰਦਾ ਜਾਣਾ ਤੁਸੀਂ ਕਿਤੇ ਨੀ ਬਾਕੀ ਪੱਟੀਆਂ ਵੀ ਖਿਲਾਉਣੀਆਂ ਲਿਮਿਟ ਹੈ ਉਹਦਾ
प्रोग्राम में दोबारा खुश आमदीद। मेरे नाल सब्जी वाले बीगो की जानी मानी पहचानी शख्सियत वाले भी हैं ना, देखा तुझे सारे ना वाल क्यों किसी ने कोई किसी ने को अलग है तू जब तुरे आ काम दी गल दसा माशाल्लाह शहर तो चीज निकले ने गई कोई नहीं उन्ने दे वे ठके ने दब दित्ता है उधर देखो ओदे हैं नु कराओ थोड़े मिर्चे फाल दसन दे सी ते फाल ले के माशाल्लाह एक साइड वेली हो ए जेड़ा ए फाल ते बाहर टूटा है नजर आया है तन्नू ओ मिस्र दे चोरा ठहर जत रख तू की शाम दा चोर है ओ चीचा बदनी सरदार है एक तू अच्छा मुराली पिंड दा सरदार है फिर मैं एक एक आ रही मेरी हां जी मेरी सिर्फ एक रिक्वेस्ट है उधर देखी कैमरे वाले गाइस सिर्फ इंदे वाले देखना है यकीन करो इना डिगन की आदत आ बरादरी च हर रिश्तेदार नजर चो डिग पैंदा कोई भी एदा होवे नजर चो डिग पैंदा अच्छा मेरे खुसरे कैसा तुसी हाथ क्यों कर रहे तेरा तोता उठा दिया यार मेरी गल सुन कैसा तुसी भेखा मेरे खब्बे हाथ बिठाया ले ला ओ तेरी हर शह डैमेज आ तेरे वास्ते मैं हीरो हां फिर एक हिसाब दा गोडे नु अखना साज उस्ताद होनी ने उस्ताद दे गोडे भी पहली पे आए ना पर उस्ताद गोडे दे गोडे आ पुठी प्याली हुंदी चक नहीं कुतु तेन सब तो मतलब जी वी सट जी कागजा च लिखी गई केड़ी है ਆੜੀ ਖੱਬੇ ਪਾਸੇ ਬਿਠਾਈ ਹੈ ਉਹ ਜਿੰਨਾ ਤੋਂ ਟੁੱਟਿਆ ਜਿੰਨੀਆਂ ਸੱਟਾਂ ਲੱਗੀਆਂ ਤੂੰ ਚੁੱਪ ਕਰਕੇ ਪਿਆਲਾ ਸਮਾਦ ਦਾ ਪੀ ਲਾ ਓਏ ਤੇਰਾ ਜੁੜ ਜਵੇ ਕੋਈ ਓਏ ਚੁੱਪ ਕਰ ਏ ਸ਼ੈਤਾਨ ਦੀ ਟੂਟੀ ਆ ਕਿੱਡੀ ਡਿਜੀਟਲ ਬੱਕਰੀ ਬਿਠਾਈ ਹੈ ਓ ਡਿਜੀਟਲ ਓ ਡਿਜੀਟਲ ਕਿਹਨੇ ਗਾ ਦੁਬਾਰਾ ਪੁੱਛ ਨਹੀਂ ਨਹੀਂ ਡਿਜੀਟਲ ਬੱਕਰੀ ਬਿਠਾਈ ਮੇਰੇ ਖੱਬੇ ਸਾਈਡ ਤੇ ਓ ਡਿਜੀਟਲ ਜੀਟੀਟਲ ਓ ਜੀਟੀਟਲ ਜੀਟੀਕਲ ਉਹ ਫੋਲ ਐਚਡੀ ਜਨਾਨੇ ਉਹ ਸੁਣਦਾ ਤਾ ਮਾਮਾ ਤੂੰ ਐਚਡੀ ਚੱਲਣਾ ਅੱਛਾ ਇੱਕ ਵਾਰ ਯਾਰ ਬਿਮਾਰ ਆਦਮੀ ਮਿੱਠੇ ਕਦਾ ਸ਼ਰਮ ਨਹੀਂ ਤੂੰ ਇੰਨੀਆਂ ਪੱਟੀਆਂ ਬਣੀਆਂ ਫਰੌਨ ਨਾਲ ਪਾਸਾ ਲਾ ਕੇ ਪਿਆ ਰਿਆ ਵੇਖ ਕਿੱਥੇ ਰੱਜ ਤੇਤੇ ਵੀ ਚੂਹੇ ਛੱਡ ਗਏ ਹੁਣ ਅਸਤਗਫਰੁਲ ਰਿਸਪੈਕਟ ਵਾਲਾ ਮੂਡ ਸੀ ਕੋਲ ਬਿਠਾਇਆ ਮੈਂ ਅੱਛਾ ਮੇਰੀ ਗੱਲ ਤੁਰ ਕਫਾਰ ਰਿਆ ਜਦੋਂ ਮਾਈਕ ਇਧਰ ਹੋਵੇ ਨਾ ਉਦੋਂ ਤੂੰ ਬਕਵਾਸ ਤੇਰੀ ਤਾਂ ਕੋਈ ਫਾਇਦਾ ਨਹੀਂ ਮੈਨੂੰ ਪਹਿਲੇ ਕਿਹਾ ਕਰਕੇ ਭੈਣ ਮਾਈਕ ਇਧਰ ਕਰੋ ਕਹਿ माइक वेख के भूल गया मैं पिछे लाई इधर जेंजा मैक चूसन वाला वा पोला करके चूस लाने अच्छा हाँ जी मेरी गल ठहर जा मिनट हाँ जी तुसी चार पांच लोग हाँ छे लोग हाँ अगर एक बंदा आवे एक एक ऑप्शन होवे कि भाई एक बंदा तुहाडे चो दूजे मुल्क भेजना यानी तुहाडा उहदा तल्ला खत्म हो जाणा तुहाडी टीम च नहीं होणा इहनूं असीं लै जाणा ते तू किन्नू एक बंदे नूं कहेंगा कि भाई इहनूं लै जाओ फिर आप ही जावांगा नहीं नहीं तेरे तो अलावा तेनूं पुछिया जाए ओए गद्दारा ए यार मारी इहनूं फलस्तीन भेज खबरे किस बंब ते नाम लिखे उहदा भेज दे उधर देखो लैदा जगह हुंदा ना जिस तरह बीगो से इन्होंने तरक्की की पैसा कमा रहे ने होर कोई होंगे ना दूजी तीजी सैलरी से इटो इटो होना उन्होंने कुत्ते वागू लड़ रहे होने मैं बहुते लैने मैं बहुत ही देर बहना बड़ा पता होता जी मैं सारी रात बैठा रहा जी पिछले महीने मैं बहुता बैठा जी नहीं एक गल इन्हें मंगे सी अच्छा मैं दस रहा ना इदा अक्सर होंगे लेकिन इन्हों का ठहर जाए सीरियस नहीं होना ठहर जा
ਭੁੱਲ ਗਿਆ ਉਹ ਭੁੱਲ ਗਿਆ कैसा भुलिया पहले बैठा रहे मुड़के अच्छा मैं कह रहा सा कि एड़ा इना च इतफाक है ना कोई इतफाक तफकाक नहीं इतकाफ जान के करदा या इहदे मुंह जो निकलदा ऐ इहदा करदा है जो अच्छा कह तंजिया तंजिया तो या मैनूं तुसीं मेरे ते तंज कर रहे हो तुसीं मेरे ते तंत कर रहे हो तंत नहीं ਤੁਸੀਂ ਮੇਰੇ ਤੇ ਤੰਤ ਕਰ ਰਹੇ ਹੋ ਖੁਦਾ ਦਿਓ ਜੰਗ ਦੀਆਂ ਕੇਸਾਂ ਭਰਨ ਵਾਲੇ ਆ ਤੁਸੀਂ ਸੋਚਿਆ ਸਮਝ ਨਹੀਂ ਆਉਂਦੀ ਤੰਤ ਕਰ ਰਹੇ ਐਂਡਰ ਕਰਨਾ ਮੈਂ ਤੇਰਾ ਜਦੋਂ 1965 ਚ ਜੰਗ ਲੜੀ ਸੀ ਕੋ ਉਤਰਾਣਾ ਤੂੰ ਕੋ ਆਇਆ ਸੀ ਮਰੇ ਕਿੱਡਾ ਤੂੰ ਕੇਸਟਾ ਦਾ ਮੈਨੂੰ ਕਹਿਣ ਦੇ ਕੇਸਟਾ ਦੀ ਰੇਲ ਵਰਗਾ ਤੇਰਾ ਮੂੰਹ ਹੈ ਓਏ ਵੀ ਵਾਹ ਵੀ ਗੁਫਾਰਾ ਵਾਹ 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 ਮੈਂ ਉੱਠ ਜਮਾਂ ਬਿਸਤ ਹੋ ਗਿਆ ਮੈਂ इत्तेफाक हुंदा ना जिहड़ा सगे ठहर जा सगे भरा जिहड़े हुंदे ना उह वी तुसीं देखो जायदाद तों लड़ पैंदे ने जायदाद कितनी हुंदी है वी डेढ़ मरला दो मरला मकान चार भरा ने टुप्पर रह रहे जी मुड़ के सारी सारी जिंदगी नहीं बोल रहे एक दूजे दे नाल लेकिन अलहदा अलहदा बरादरिया जाता अलहदा अलहदा लेकिन मोहब्बत इन्हों की इन्ना ही इन्नी है कितने साल हो गए तुम आपस सानू वैसे तो शुरू बचपन तो नाल हाँ नहीं पैसे कमाने बीगो के किन्नी देर हो गई कम करते हैं सानू चार साल हो गए ने चार साल हो गए ने चार सा अच्छा ताडे चारां दे विचों एक हैड हुंदा बंदा जिहदी सारयां ने मन्ननी हुंदी है जिन्हें हिस्से भी करने हुंदे ने जिन्हें चीज़ां भी लैके देनियां जिदां हुण इहने कहा मेरा मेरा कराओ जी उह भी कराउणा सारा उह कौन करदा मैनेज ओह अलहमदुलिल्लाह जोशी है ग्रुप दा सारे मैनेज तू करदा यानी तू सारे पंडे आ ਉਹਦੇ ਕੋਲ ਪੁੱਛ ਪੰਡਿਆ ਤੂੰ ਅੱਛਾ ਇਹਨਾਂ ਦੇ ਘਰ ਦੇ ਰਾਜ਼ੀ ਨੇ ਕਿ ਯਾਰ ਸਾਡੇ ਬੱਚੇ ਕਮਾ ਰਹੇ ਨੇ ਠੀਕ ਕੋਈ ਐਸਾ ਤਾਂ ਨਹੀਂ ਕਿ ਕਿਹੜੇ ਕੰਮੇ ਲੱਗੇ ਆ ਇਹ ਉਹ ਫਲਾਟਿੰਗ ਕੋਈ ਸ਼ੁਰੂ ਸ਼ੁਰੂ ਤੋਂ ਤੇ ਸਾਡੇ ਘਰ ਲੈ ਵੀ ਮੇਰਾ ਅੱਬਾ ਇਹਦੇ ਪਿੱਛੇ ਲੱਗਾ ਸੀ ਕਿ ਤੂੰ ਕਿੱਧਰ ਆਇਆ ਓਏ ਕਹਿੰਦਾ ਚਾਟਾ ਖਾਣੀਆਂ ਚੋਰੀਆਂ ਕਰਦਾ ਸੀ ਨਾ ਯਾਰ ਜੋ ਕਿ ਪਹਿਲਾਂ ਹਾਂਜੀ ਤੇਰੇ ਘਰਦਿਆਂ ਦਾ ਕੀ ਹਿਸਾਬ ਕਿਤਾਬ ਆ ਮੇਰੇ ਤੇ ਘਰ ਵਾਲੇ ਕਹਿੰਦੇ ਅਰੇ ਤੇਰਾ ਅੱਬਾ ਹੀ ਆਏ तेरे घर दे राजी ने हाँ मेरे घर अगर तू अपने घर दे कहवा के जी तुसी दसो मैं बीगो छड़ दिया के या कोई होर काम कर लवां ते ओ की कहणगे तेरे हिसाब नाल लेकिन जो पैसा कमाना शुरू हो गए फेम मिली है उसके बाद फिर किसी ने पूछना ही छड़ता गुवारे तेरे मैं जी पहले लेग ब्रेक बॉलर सा हूं बिगो बॉलर सही दस तेरे घर दे राजी ने अल्हम्दुलिल्लाह जी सबर कर कल बीगो बंद हो जाती है एक मसला बनता है खत्म हो जाती है या एदा कोई ऐसा सिलसिला होता है जिदा बड़िया ऐप आई खत्म हो गई की अगे इंतजाम किया पिछे जो बीगो बंद भी हुई सी तो मैं उन्होंने यही कहा कि टेंशन नहीं लैनी जीना मरना साडा नाल है अगर बीगो बंद हो जाएगी असं कोई बिजनेस कर लांगे ਉਹੀ ਪੁੱਛ ਰਿਹਾ ਕਿ ਬਿਜ਼ਨਸ ਆ ਜਦੋਂ ਸੇਫਟੀ ਹੈਗੀ ਤੇ ਤੁਸੀਂ ਨਾਲ ਸ਼ੁਰੂ ਕਰ ਲਓ ਬਿਜ਼ਨਸ ਅਸੀਂ ਨਹੀਂ ਨਾਲ ਨਹੀਂ ਸਾਡਾ ਬੈਕਅਪ ਇੰਨਾ ਹੈਗਾ ਕਿ ਅਸੀਂ ਕੋਈ ਵੀ ਅੱਛਾ ਖਾਸਾ ਕਰੋੜਾਂ ਵਿੱਚ ਬਿਜ਼ਨਸ ਕਰ ਸਕਦੇ ਤੇ ਤੁਸੀਂ ਕਿਉਂ ਨਹੀਂ ਕਰਦੇ ਤੇ ਫਿਰ ਸਾਡਾ ਕੰਮ ਕੌਣ ਕਰੇ ਓਏ ਨਾਲ ਨਾਲ ਕਰਿਓ ਨਾਲ ਸਾਈਡ ਬਿਜ਼ਨਸ ਕਰਿਓ ਬੀਗੋ ਤੇ ਡਿਊਟੀ ਜਿਹੜੀ ਤੁਸੀਂ ਕੋਈ ਵੀ ਕੰਮ ਅਗਰ ਤੁਸੀਂ ਉਹਦੇ ਵਿੱਚ ਟੋਪਰ ਹੀ ਹੈ ਨਾ ਤੇ ਉਹਨੂੰ ਅੱਛਾ ਜਦੋਂ ਤੁਸੀਂ ਸ਼ੁਰੂ ਹੋਏ ਆ ਪਹਿਲੇ ਦਿਨ ਬੀਗੋ ਤੇ ਬੈਠੇ ਆ ਤੇ ਕਿੰਨੀ ਦੇਰ ਲੱਗੀ ਤੁਹਾਨੂੰ
उस स्टेज ते जाने कि जो तुम कहो ले भी हूँ सारे का हिसाब नहीं कितनी देर लगी? नहीं नहीं असी पहले मैं ते हजी ने शुरू किया सी, असी दोस्त सारे शुरू तो सी, फिर इनू नाल ऐड करवाया। इनू कहना होना सा कहता सी मैं ताने दिंदा सी, असी इत्थे बहन आने लूडो खेडन आने तुहानू इनदी पई हुंदी है, तुहानू यारां दोस्तां दी ते है ही नहीं, पता नहीं किहड़े पासे टुर पई है। नहीं फिर सानू कहिंदा सी नाल लैके जाओ, मैं कहा कंपनी ज्वाइन करेगा ते नाल जावांगे किसे पार्टी च, जो साडी कंपनी ज्वाइन करेगा फिर असी तैनू नाल। मैं पुछ रहा अरसा किन्ना लगा? एक असी ते बिगो दे विच ते सी एक हफ्ते दे विच असी फेमस हो गए सी। नहीं मतलब की करदे सी तुसी? असी लोगां नू एंटरटेन करदे सी, हाजी डांस करदा सी, असी मतलब बड़े किस्म दे ड्रामे करदे सी, गल्लां नेचुरल नेचुरल तरीके नाल लोग शो जिवें तुसी पेश करदे इस तरह दे कोई असी प्रोग्राम, यानी बड़ी जल्दी तुसी ओके हो गए, जल्दी बड़ी मेहनत कीती सी। ओके ओके गफारे हुण गल है नाज़रीन रोण लग गया बशर्म मामे सारे मामे सारे। नहीं नहीं यार बेचारा ओ हो गया इमोशनल, मुझे पता मैं सब्जी वाला मेरा काम बाद भी हो गया, मैं पालक दी गुटियां बेची जानी है, मेरा काम चलता वा। नहीं सब्जी वाला नहीं सट्टा आया हूं ओ एक बार क्या इमोशनल 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 हो गया तेनु की कह आई ओए एहसान फॉर इमोशनल ए अगर तू चाहना वा कि मैं ए सवाल स्किप कर दिया ते एदा कोई तेरे जुर्माना देना पेगा? कुछ नहीं देना पेगा, जिन्ना को लेने उन्ना को लवो। पाइन अगर तुसी चाहने कि मैं सवाल स्किप कर दिया मेरी गल सुनो। हाँ मैनू याद भुल गया मैं तुहाडे वास्ते एक चीज ले आया सी। लेकिन हाले कोई लोड नहीं तुम शादियां करन दी, हाले तुसी इजी होवो, कैरियर बना रहे हो, कैरियर बनाओ। हाजी हाजी लग रहा है कि शादीशुदा वा, जिनी देर ला रहे ना, जिनी देर ला रहे ना लग रहा शादीशुदा वा। एक मिनट हाले तीसरा दिमाग लो फिर कोई गल करा। मलक साहब तुसी शादीशुदा हो? की कर दे पहले लो फड़ो उन्हें का गड्डी दी चाबी देती स्वीक जीरो फ्लाइट बारे को गल करो। मलक करता ते हाले हाले बिल्कुल अभी तुमने बिल्कुल नहीं सोचना शादी का, अभी तुम्हारे खेलने कूदने के दिन है। तू जो दो विवाह कर लेने तेनु शर्म ना आई? सो भी सोच जाने भाई अल्हम्दुलिल्लाह असी मेहनत की, असी जैसी कर रहे हैं अपना अपने बलबूते थे। इस टाइम साढ़े को फॉर्चूनर अपना किया स्पोर्टी ते स्विक सारियां प्लाइड फार। अच्छा वो गड्डियां जिहड़ियां प्लाइड फार ने वो किदां तुसी आपस च वंड के किहदे को हुंदियां ने? जिहड़ा मर्जी लाई फिरे। अच्छा जिहड़ा मर्जी ला जाए वैसे मेन किहदे हैंड ओवर हुंदी किहदे घर खड़ी हुंदी हो? घर जिहड़ा मर्जी खला, जिहड़ा मर्जी खला रहे, बाकी तो जगह नहीं हैगी, इक्को गली च रहने आ असीं। ओ मरे तुसी फिर मकान वड्डा पहले लेने फॉर्चूनर ते ओवर ले मकान लवो ऐसा जिहदे ते ਇਹ ਜਿਹੜਾ ਪਿੱਛੇ ਖਾਲੀ ਤਿੰਨ ਕਰਾਲ ਮੈਂ ਵੈਸੇ ਤੁਹਾਨੂੰ ਮਸ਼ਵਰਾ ਇਹ ਲਾਰਡ ਆਫ ਫੂਡ ਦੇ ਪਿੱਛੇ ਤਿੰਨ ਕਰਾਲ ਦਾ ਜਿਹੜਾ ਪਲਾਟ ਹੈ ਉਹ ਪਤਾ ਕਰੋ ਕਿੰਦਾ ਕਿਹਦਾ ਸਾਨੂੰ ਕੀ ਪਤਾ ਇਹ ਕੂੜੇ ਵਾਲਾ ਛਾਪੜ ਮੋਟੇ ਜਿਹਾ ਲੋਟ ਕੀ ਪਤਾ ਮੇਰੇ ਹਿਸਾਬ ਨਾਲ ਨਾ ਤੁਸੀਂ ਓਏ ਤੈਨੂੰ ਗੱਡੀ ਵਿੱਚ ਕਬਾਬ ਦੀ ਢੀ ਬਾਨਾ ਤੂੰ ਨੌ ਚੋਂ ਦਾ 13 ਚੋਂ ਓਏ ਨਾ ਤਿੰਨਾਂ ਚੋਂ ਨਾ 13 ਚੋਂ ਹੁੰਦਾ ਨਾ ਨੌ ਚੋਂ ਨਾ 13 ਚੋਂ ਕਿਹੜਾ ਹੁੰਦਾ ਤਿੰਨਾਂ ਚੋਂ ਨਾ 13 ਤੋਂ ਠੀਕ ਹੈ ਸਰ ਅੱਛਾ ਮੇਰੀ ਗੱਲ ਸੁਣ ਕਿਹਾ ਤੇਰਾ ਭੱਜੀ ਅਰਬੀ ਵਰਗਾ ਮੂੰਹ ਅੱਛਾ मेहनत करके कुछ भी कर सकता। मेरे हिसाब ना तुहानू चाहिदा कि तुसी इह जिहड़ा सिस्टम है ना कि गड्डी एक जिहड़ा मर्जी लै जाए इहदे नाल तू इहनां नूं होंडा सिटियां यार ए ना फड़
ਮੈਂ ਦੇਖਿਆ ਬੰਦਾ ਇਹਨਾਂ ਚ ਇਹੀ ਚੰਗਾ ਪਾਇਆ ਤੂੰ ਮੇਰੇ ਲੋ ਸ਼ਾਦੀ ਸ਼ੁਦਾ ਹੀ ਆ ਬੰਦਾ ਇਹਨਾਂ ਚ ਇਹੀ ਚੰਗਾ ਗਵਾਰਾ ਗਵਾਰੇ ਟਿਸ਼ੂ ਰੱਖ ਹੱਥ ਜੀ ਆ ਰੱਖ ਲੈ ਮਾਰੇ ਜਿਜੂਆ ਦਾ ਜਿਜੂ ਓਏ ਠਹਿਰ ਇੱਕ ਮਿੰਟ ਠਹਿਰ ਜਾ ਪੈਪਰ ਇੱਥੇ ਵੀ ਲੱਗੀ ਸਾਡੀ ਹਾਲੇ ਤਾਂ ਮੈਂ ਮਾਰਿਆ ਹੀ ਨਹੀਂ ਓਵਰ ਰਿਐਕਟ ਕਰਤਾ ਹੀ ਪਹਿਲੇ ਹੀ ਇੱਥੇ ਸੱਚੀ ਮੁੱਚੀ ਲੱਗੀ ਇੱਥੇ ਸੱਚੀ ਮੁੱਚੀ तेन मैं थ्यूरी दस दंगा तू आप बना जुगत बैठे बैठे नहीं थ्यूरी सारे सामने नहीं दस नहीं ਉਹ ਪਹਿਲੇ ਮੈਂ ਤੁਹਾਨੂੰ ਥਿਊਰੀ ਦੱਸਾਂਗਾ ਤੁਸੀਂ ਉੱਤੇ ਦੋ ਚਾਰ ਦਿਨ ਲੱਗਣਗੇ ਤੁਹਾਨੂੰ ਫਿਰ ਸਮਝ ਆ ਜਾਏਗਾ ਉਹ ਅੱਛਾ ਮੇਰੀ ਗੱਲ ਸੁਣੋ ਇੱਥੇ ਤੁਸੀਂ ਦੱਸੋ ਜੀ ਇਹਦੇ ਦੇਖ ਕੇ ਇੱਕ ਜੁਗਤ ਕਰਨੀ ਹੈ ਕੋਈ ਵੀ ਚੀਜ਼ ਦੱਸ ਦਿਓ ਓਏ ਬੱਚਿਆਂ ਦੀ ਸੈਂਡਿੰਗ ਕਰਤੀ ਹੁੰਦੀ ਹੈ ਵੱਡਾ ਮੁੰਡਾ ਸੈਂਡ ਕਰਤਾ ਓਏ ਕਿਸਰੇ ਨੇ ਬਾਕਸ ਖੋਲਿਆ ਹੁੰਦਾ ਜੀ ਭਾਈ ਯਾਰ ਕਾਹਦਾ ਸਬਜ਼ੀ ਵਾਲਾ ਯਾਰ ਨਾ ਓਏ ਲਾਸ਼ ਕੋ ਪਨਿਸ਼ਮੈਂਟ ਕਰਾਈ ਹੁੰਦੀ ਹੈ सारा कुछ जरा ना दे मैं कह रहा देख दिया की हिसाब किताब की है प्रोग्राम दोबारा खुश आम दी यार एक मिनट मैं बाद याद ना भूल जाए मैं देखा तू दिते जोशी बाहर जाग ली मेरे सामने ना लै भाई तू बाहर जाग लै ली वाल देखो कुटे दरदाई बोली है पट्टियां कातों कीतियां सी वजह पट्टियां मैं एडवांस कराईयां सी किसे टाइम सट लग जांदी डॉक्टर नहीं ना लभदा ਓਏ ਮਰੇ ਬੀਗੋ ਦੀ ਅੱਧੀ ਕਮਾਈ ਦੀਆਂ ਪੱਟੀਆਂ ਹੀ ਕਰਾ ਲਈਆਂ ਥੋੜਾ ਮੈਂ ਕੁੱਤਰ ਉੱਧਰ ਵੀ ਕਰੋਗੇ ਥੱਥੇ ਨੇ ਹੈ ਮੇਤੀ ਸਾਰਾ ਪੁਰਾਣਾ ਕਿਉਂਕਿ ਤੂੰ ਕੱਲ ਕਿੱਡਾ ਮੰਮੀ ਡੈਡੀ ਹੋ ਕੇ ਬੈਠਾ ਜੈ ਹਾਂਜੀ ਤੂੰ ਨਹੀਂ ਬੋਲ ਰਿਹਾ ਤੈਨੂੰ ਕੀ ਤਕਲੀਫ ਆ ਜੀ ਮੈਂ ਸੁਣ ਰਿਹਾ ਵਾਂ ਇੱਥੇ ਨੂੰ ਸੁਣਨ ਵਾਸਤੇ ਬੁਲਾਇਆ ਇਹ ਸੀ ਇਹ ਅੱਜ ਕੱਲ ਕਿਉਂਕਿ ਕੌਮ ਜਿਹੜੀ ਨਾ ਸਾਡੇ ਬੱਚੇ ਨਿਊ ਜਨਰੇਸ਼ਨ ਅੱਛਾ ਇੱਕ ਮਿਸਾਲ ਆ ਤੁਹਾਨੂੰ ਅਸੀਂ ਕਹੀਏ ਕਿ ਨਿਊ ਜਨਰੇਸ਼ਨ ਜਿਹੜੀ ਬੱਚੇ ਨਵੇਂ ਬੀਗੋ ਤੇ ਆ ਰਹੇ ਨੇ ਟਿਕਟੌਕ ਤੇ ਆ ਰਹੇ ਨੇ ਜਾਂ ਇਦਾਂ ਦੀ ਐਪਸ ਤੇ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਤੁਸੀਂ ਕਿਸੇ ਵੀ ਫੀਲਡ ਵਿੱਚ ਆਓ ਤੁਹਾਡੇ ਵਿੱਚ ਅਕਲ ਹੋਣੀ ਚਾਹੀਦੀ ਸੋਚ ਬੋਝ ਹੋਣੀ ਚਾਹੀਦੀ ਕਿ ਮੈਂ ਇਸ ਕੰਮ ਨੂੰ ਕਿਸ ਤਰ੍ਹਾਂ ਲੈ ਕੇ ਜਾਣਾ ਠੀਕ ਹੈ ਕਿ ਹਰ ਬੰਦਾ ਨਹੀਂ ਕਰ ਸਕਦਾ ਉਹਦੇ ਵਾਸਤੇ ਬੜੀ ਸਮਝ ਦੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ ਕਿ ਅਸੀਂ ਸਮਝਦਾਰ ਹਾਂ ਅਤੇ ਨਹੀਂ ਨਹੀਂ ਜਿੱਦਾਂ ਬੀਗੋ ਤੇ ਉਹ ਪਨਿਸ਼ਮੈਂਟਾਂ ਹੁੰਦੀਆਂ ਨੇ ਲੜਕੀਆਂ ਦੇ ਕੋਲੋਂ ਕਰਾਉਂਦੇ ਨੇ ਲੋਕ ਕਿ ਜੀ ਇਸ ਤਰ੍ਹਾਂ ਕਰੋ ਜੀ ਬੈਠ ਕੇ ਨਿਕਾਲੋ ਜੀ ਕਰੋ ਉਹ ਸਾਰੋ ਆਪਣੀ ਮਰਜ਼ੀ ਹੈ ਤੁਸੀਂ ਉਹ ਬੀਗੋ ਤੁਹਾਨੂੰ ਨਹੀਂ ਕੋਈ ਰੂਲ ਦਿੰਦੀ ਕਿ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਸੀਂ ਇੱਕ ਹੋਵੋਗੇ
हर बंदा अपनी सोच के मुताबिक कोई बहुत ही गिरियां हरकत कर देंगे ने फेमस होने वास्ते ਉਹਦੇ ਤੇ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਹ ਪਨਿਸ਼ਮੈਂਟ ਕਰੋ ਯਾਰ ਮਤਲਬ ਉਸ ਤੋਂ ਬਗੈਰ ਵੀ ਤੁਸੀਂ ਅਗਰ ਤੁਹਾਡੇ ਕੁਝ ਵੀ ਕੁਆਲਿਟੀ ਹੈਗੀ ਆ ਕੁਆਲਿਟੀ ਹੈਗੀ ਤੇ ਤੁਸੀਂ ਉਸ ਤੋਂ ਬਗੈਰ ਵੀ ਕਰ ਸਕਦੇ ਆਪਣੀ ਇਮੇਜ ਕਿਤੇ ਵੀ ਤੁਸੀਂ ਸੈੱਟ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਉਹ ਗਲਤ ਕਰ ਲਈ ਜੇ ਇੱਕ ਕਰ ਲਿਆ ਤੁਸੀਂ ਸਾਰਾ ਲੈਣਾ ਉਹ ਤੁਹਾਡੀ ਸੋਚ ਹੈ ਕਿ ਤੁਹਾਨੂੰ ਤੁਹਾਡੀ ਮਾਸ਼ਰੇ ਦੇ ਵਿੱਚ ਤੁਹਾਡੀ ਇੱਜ਼ਤ ਕਿਵੇਂ ਦੀ ਹੈ ਅੱਛਾ ਇਹ ਦੱਸੋ ਪੂਰੀ ਤੁਹਾਡੀ ਬੀਗੋ ਦੀ ਜਿੰਨੀ ਹਿਸਟਰੀ ਆ ਜਿੰਨੇ ਸਾਲਾਂ ਦੀ ਕਿਹੜਾ ਐਸਾ ਪੀਕੇ ਸੀ ਜਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸੈਂਡਿੰਗ ਹੋਈ ਔਰ ਕਿੰਨੇ ਕਿ ਦੀ ਹੋਈ ਤਕਰੀਬਨ ਸਾਨੂੰ ਇੱਕ ਪੀਕੇ ਜਿਹੜਾ ਸਭ ਤੋਂ ਜ਼ਿਆਦਾ ਅਰਬੀ ਦੇ ਨਾਲ ਸੀ ਅਜ਼ੂਜ਼ ਜਿਹੜਾ ਮੇਰਾ ਖਿਆਲ ਦੁਨੀਆ ਦਾ ਨੰਬਰ 1 ਦਾ ਉਹ ਬ੍ਰੋਡਕਾਸਟਰ ਸੀ ਉਹ ਅਸੀਂ ਪੀਕੇ ਜਿੱਤੇ ਸੀ ਉਹਦੇ ਵਿੱਚ ਸਾਨੂੰ 235 ਬਾਕਸ ਖੁੱਲੇ ਸੀ ਯਾਨੀ ਕਿ ਉਹ 10 ਮਿੰਟ ਦਾ ਪੀਕੇ ਸੀ ਤੇ 1 ਕਰੋੜ ਤੋਂ ਉੱਤੇ ਦੇ ਸਾਨੂੰ ਡਾਇਮੰਡ ਵੱਜੇ ਸੀ ਉਹ ਕਿੰਨੇ ਪੈਸੇ ਬਣਦੇ ਆ ਪੈਸੇ ਬੰਨਣ ਬਰਾਂ ਦੀ ਗੱਲ ਨਹੀਂ ਮੈਂ ਤੁਹਾਨੂੰ ਉਹ ਸਾਨੂੰ ਜਿੰਨੇ ਵਜੇ ਕਰੋੜ ਤੋਂ ਉੱਤੇ ਡਾਇਮੰਡ ਲੋਕਾਂ ਨੇ ਉਹ ਜਿਹੜੀ ਸਹੀ ਜੈਨੂਇਨ ਕੀਮਤ ਸੀ ਨਾ 10 ਮਿੰਟ ਦੇ ਵਿੱਚ ਸਾਨੂੰ 1 ਕਰੋੜ ਤੋਂ ਉੱਪਰ ਜਿਹੜੇ ਨਾ ਉਹਦੇ ਵਿੱਚ ਡਾਇਮੰਡ ਵਜੇ ਸੀ ਤੇ 23,000 ਬੰਦਾ ਉਹਦੇ ਵਿੱਚ 23,000 ਬੰਦਾ ਸੀ ਇਹ ਵਰਲਡ ਰਿਕਾਰਡ ਹੈ ਕਿ ਪੀਕੇ ਚ ਸਾਡਾ 23,000 ਬੰਦਾ ਲਾਈਵ ਪੁੱਕੇ ਤੋਂ ਦੀ ਗੱਲ ਹੈ 6 ਮਹੀਨੇ ਹੋ ਹੋ ਬਾਕੀ ਨਾਰਮਲ ਵੀ ਤੁਹਾਡੇ ਹੁੰਦੇ ਰਹੇ ਨਾਰਮਲ ਤੇ ਹੁੰਦੇ ਹੀ ਰਹਿੰਦੇ ਨੇ ਜਿਹਦਾ ਸਭ ਤੋਂ ਜ਼ਿਆਦਾ ਪਿਆਰ ਮੁਹੱਬਤ ਹੁੰਦਾ ਨਾ ਉਹਨੂੰ ਹੀ ਅਸੀਂ ਜੁਗਤਾਂ ਕਰੀਦੀਆਂ ਨੇ ਇਹ ਕਿਹੜੀ ਗੱਲ ਜਿਹਦਾ ਸਹੀ ਦਿਲੋਂ ਉਨਸੀਅਤ ਹੁੰਦੀ ਨਾ ਹੁਣ ਅਗਰ ਸਾਰੇ ਤੈਨੂੰ ਛੇੜ ਰਹੇ ਨਾ ਇਹਦਾ ਮਤਲਬ ਤੂੰ ਲਾਡ ਤੂੰ ਲਾਡਲਾ ਇਹਨਾਂ ਦਾ ਸਾਰੇ ਦੀ ਸਮਝ ਨਹੀਂ ਚਲੋ ਇਹਨਾਂ ਨੇ ਇੰਟਰਵਿਊ ਦਿੱਤਾ ਆਹ ਵੇਖੋ ਚਿਕੜ ਚੌਧਰੀ ਬਾਤੇ ਕਰੋੜੋ ਕੀ ਦੁਕਾਨ ਪਕੌੜੋ ਕੀ ਆਹ ਵੇਖੋ ਇਹਨੂੰ ਤੂੰ ਤਰਾ ਜੀ ਇਹ ਗੱਲ ਵੀ ਸਹੀ ਆ ਤੂੰ ਕੀ ਮਤਲਬ ਹੈ ਤੂੰ ਕੀ ਕੀਤਾ ਤੂੰ ਇਹ ਮਰੇ ਇਹਨੇ ਢਾਂਚਾ ਲਿਆ ਕਰ ਆਦਰ ਜੀ ਦੀ ਜਗ੍ਹਾ ਤੇ ਬੋਲਦਾ ਹੈ ਜੀ ਨੂੰ ਅਗਰ ਤੁਸੀਂ ਬੀਗੋ ਤੇ ਵੇਖੋ ਤੇ ਤੁਹਾਨੂੰ ਇਹ ਅੱਜ ਹੀ ਨਜ਼ਰ ਮੈਨੂੰ ਪਤਾ ਮੈਂ ਦੇਖਿਆ ਨੂੰ ਹਾਂ ਬੜਾ ਪਿਆਰਾ ਲਿਆ ਗਿਆ ਬੜਾ ਐਕਟਿਵ ਹੁੰਦਾ ਨਹੀਂ ਰੀਅਲ ਲਾਈਫ ਵਿੱਚ ਜੋ ਬੰਦੇ ਕੋ ਦਿਖਾਣਾ ਚਾਹੀਏ ਆਪਣਾ ਆਪ ਜੋ ਵੀ ਚਾਹੇ ਮਾਸ਼ਾਅੱਲਾ ਮਾਸ਼ਾਅੱਲਾ ਓ ਹੋ ਯੂ نو ਬ੍ਰਦਰ ਜਿਸ ਦਾ ਗੁੱਲੂ ਪਾਣੀ ਯਮਨ ਕਟਿਟਾ ਯੂ نو ਓਏ ਉਰਦੂ ਨਾ ਬੋਲ ਸ਼ਰੀਏ ਦੇ ਖਿਲਾਫ ਜਾ ਰਿਹਾ ਮੇਰੀ ਬਾਤ ਸੁਣੋ ਹੀ ਤਮੀਜ਼ ਸਿਖਾਓ ਬੜੂ ਸੇ ਕੈਸੇ ਬਾਤ ਕਰੋ ਛਟਾ ਹਾਜੀ ਨਾ ਯਾਰ ਬੜੀ ਫੁੱਲ ਪਹਿਲੇ ਹਾਜੀ ਆਇਆ ਸੀ ਤੁਹਾਡੇ ਨਾਲ ਕੇ ਆਇਆ ਸੀ ਹਾਜੀ ਸੀਨੀਅਰ ਆ ਤੇਰਾ ਬਈ ਹਾਜੀ ਸੀਨੀਅਰ ਨਹੀਂ ਹੈਗਾ ਮੇਰੇ ਤੋਂ ਹਾਂ ਸੀਨੀਅਰ ਨਾਲ ਆਣ ਦੀ ਗੱਲ ਹੋਈ ਹੈ ਪਹਿਲੇ ਹਾਜੀ ਸੀ ਪਹਿਲੇ ਹਾਜੀ ਸੀ ਹਾਜੀ ਸੀ ਨਾ ਮਿਹਨਤ ਕਰਕੇ ਸੀਨੀਅਰ ਸੁਰੀਆ ਸਾਹਿਬ ਨਿਕਲ ਜਾਂਦੇ ਪਹਿਲੇ ਹਾਜੀ ਆਇਆ ਫੇਰ ਗੁਨਾਹਗਾਰ ਆਇਆ ਪਹਿਲੇ ਹਾਜੀ ਆਇਆ ਫੇਰ ਗੁਨਾਹਗਾਰ ਸ਼ਕਰੋ ਲੱਗਦਾ ਸੀਨੀਅਰ ਹੈ ਉਦੋਂ ਦਾ ਇੰਜ ਬੈਠਾ ਜਿਵੇਂ ਕੁਕੜੀ ਆਣਿਆ ਤੇ ਬੈਠੀ ਹੁੰਦੀ ਹੈ ਫਟਣ ਨੂੰ ਪੈਣ ਦੇ ਹੈ ਹੈ ਜਿਹਨੇ ਕਸ਼ਮ ਵਾਲਿਆਂ ਕੋ ਪੈਸੇ ਲਏ ਹੁੰਦੇ ਸਰ ਸਬਰ ਕਰ ਮੇਰਾ ਭਾਈ ਆਪਣਾ ਬਹੁਤ ਖਿਆਲ ਰੱਖਣਾ ਤੇ ਮੈਸੇਜ ਇਹ ਹੀ ਆ ਕਿ ਚਾਹੇ ਫੀਮੇਲ ਹੋਵੇ ਚਾਹੇ ਮੇਲ ਹੋਵੇ ਅਗਰ ਜੇ ਉਹਨਾਂ ਦੀ ਸੋਚ ਆ ਕਿ ਅਸੀਂ ਕੋਈ ਵਲਗਰ ਕੰਮ ਕਰਕੇ ਤੇ ਤਰੱਕੀ ਕਰ ਲਾਂਗੇ ਜਾਂ ਪੈਸਾ ਕਮਾ ਲਾਂਗੇ ਤੇ ਉਹਨਾਂ ਦੀ ਗਲਤ ਸੋਚ ਆ ਉਹ ਦੂਸਰੇ ਤਰੀਕੇ ਨਾਲ ਅੱਛਾ ਕੰਮ ਕਰਕੇ ਵੀ ਕਮਾ ਸਕਦੇ ਨੇ ਬੜੇ ਐਸੇ ਸੈਂਟਰ ਵੀ ਹੈ ਨੇ ਜਾਂ ਬੀਗੋ 'ਤੇ ਚਲਾ ਲਓ ਬੜੇ ਬੜੇ ਐਸੇ ਸੈਂਟਰ ਜਿਹੜੇ ਮੁੰਡਿਆਂ ਨੂੰ ਸੈਂਡਿੰਗ ਕਰਦੇ ਨੇ ਉਹ ਪਨਿਸ਼ਮੈਂਟਾਂ ਵੀ ਨਹੀਂ ਕਰਾਉਂਦੇ ਯਾਨੀ ਤੁਸੀਂ ਅੱਛੇ ਤਰੀਕੇ ਨਾਲ ਵੀ ਕਰਾ ਸਕਦੇ ਆ ਤੇ ਤੁਸੀਂ ਇਹ ਤੁਹਾਡੇ ਉਹੀ ਉਹਦੇ ਜੋਸ਼ੀ ਵਾਲੀ ਗੱਲ ਕਿ ਤੁਸੀਂ ਆਪ ਦੇਖਣਾ ਕਿ ਤੁਸੀਂ ਕਿਹੜੇ ਰਸਤੇ ਜਾਣਾ ਮੈਦਾਨ ਖੁੱਲ੍ਹਾ ਵਾ ਤੁਸੀਂ ਕਿੱਧਰ ਕਿਸ ਤਰ੍ਹਾਂ 'ਤੇ ਜਾਣਾ ਆਪਣੀ ਫੈਮਿਲੀ ਬੈਕਗਰਾਉਂਡ ਕੀ ਹੈ ਤੁਹਾਡਾ ਤੁਸੀਂ ਕੀ ਚਾਹੁੰਦੇ ਸਾਨੂੰ ਲੋਕ ਕੀ ਕਿਸ ਤਰ੍ਹਾਂ ਮੁਖਾਤਬ ਕਰਨ ਬਾਅਦ 'ਚ ਕੀ ਸਮਝਣ ਇਹ ਤੁਸੀਂ ਡਿਸਾਈਡ ਕਰਨਾ ਤੁਸੀਂ ਮੈਨੂੰ ਬੀਗੋ ਸਿਖਾਉਣੀ ਭਰ ਪੰਜ ਸਿੱਖੇ ਮਿੱਠਾ ਵੀ ਬਹਿ ਰਿਹਾ ਆਵੇ ਅੱਜ ਸਾਡੇ ਕੋਲ ਇਹਨੂੰ ਖਿਲਾਓ ਦੋ ਮਿੱਠੇ ਮਠਿਆਈ ਦਾ ਡੱਬਾ ਗਾਨਾ ਖੁੱਸਾ ਅਤੇ ਪੱਗ ਖੁਸਰਿਆਂ ਦੇ ਅੱਡੇ 'ਤੇ ਨਹੀਂ ਚੱਲਾ ਸਿਕਿਰਦੀ ਕਰਨੀ ਆ ਅਤੇ ਇਹਨਾਂ ਵਾਸਤੇ ਮੈਂ ਲਿਆਉਣਾ ਇਹਦੇ ਮੈਂ ਸਿਰ 'ਚ ਸਿਰ 'ਚ ਮਾਰ ਇਹਦੇ ਸਿਰ ਮੱਥੇ 'ਤੇ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਤੁਹਾਡਾ ਫਿਰ ਆਹ ਮਿੱਠਾ ਮਿੱਠਾ ਚੱਲ ਬਈ ਤੁਹਾਡਾ ਫਿਰ ਮੁਲਾਕਾਤ ਹੋਏਗੀ ਔਰ ਆਪਣਾ ਬਹੁਤ ਖਿਆਲ ਰੱਖਣਾ ਇਨਸ਼ਾਅੱਲਾ ਤਾਲਾ ਲੰਗਰ ਕਰੀਏ ਨਾਜ਼ਰੀਨ ਲੰਗਰ ਲੰਗਰ ਕਰਨਾ ਲੇਕਿਨ ਇਹਦਾ ਹੱਥ ਨਾ ਲਵਾਉਣਾ ਓਏ ਤੂੰ ਹੱਥ ਹੋ ਗਿਆ ਤੂੰ ਪੱਟੀਆਂ ਤੇਰੀਆਂ ਪੱਟੀਆਂ ਖੁੱਲੀਆਂ ਨੇ ਹੱਥ ਹੋ ਗਿਆ ਅੱਲਾ ਹਾਫਿਜ਼ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼ ਅੱਲਾ ਹਾਫਿਜ਼